हरियाणा के करनाल में गेहूं अनुसंधान संस्थान में वैज्ञानिक कार्यशाला एवं बीज दिवस का आयोजन किया गया, जिसमें कृषि से संबंधित आधुनिक जानकारी किसानों को दी गई। इस कार्यशाला में पूरे देश से किसानों ने भाग लिया। यहां हम आपको बता दें कि बीज दिवस का आयोजन भारतीय गेहूं अनुसंधान संस्थान करनाल की ओर से हर वर्ष किया जाता है, जिसमें पंजाब, हरियाणा, यूपी, मध्य प्रदेश एवं देश के अन्य हिस्सों से पहुंचकर किसानों ने आधुनिक तकनीक का बीज खरीदा, जिसको वह अपने खेत में पैदा करेंगे, जिससे कि ज्यादा से ज्यादा उपज पैदा हो सके। इस मौके पर पंजाब से आए किसानों ने बताया कि ऐसे किसान मेले आयोजित करने से किसानों को नई तकनीक के बारे में पता लगता है और देश में हो रही आधुनिक कृषि वह बीज के रूप में जानकारी प्राप्त होती है। इस अवसर पर विभिन्न कंपनियों द्वारा अपने उत्पाद प्रस्तुत किए गए और किसानों को उनकी खूबियां बताई गई। देखिए किसान मेले की एक विशेष रिपोर्ट। ਤਾਂ ਇਹ ਪ੍ਰਣਾਲੀ ਦਾ ਹੱਲ ਹੋ ਸਕੂਗਾ। ਡੀਜ਼ਲ ਵੀ ਮਹਿੰਗਾ ਅਤੇ ਸਾਡੇ ਕੋਲ ਮਸ਼ੀਨਰੀ ਵੀ ਛੋਟੀ ਹੈ। ਅਸੀਂ ਜੇ ਹੁਣ ਗਰੁੱਪ ਵਾਈਜ਼ ਕਰਦੇ ਹਾਂ ਉਹਦੇ 'ਚ ਅੱਧੇ ਕਿਸਾਨ ਤਾਂ ਬੜੇ ਹੀ ਆ ਜੀ। ਛੋਟਾ ਕਿਸਾਨ ਨੂੰ ਕਿਹਨੂੰ ਮਨਾਉਂਗੇ ਕਿ ਕਿੰਨੇ ਕਿਸਾਨ ਹੁੰਦੇ ਆ ਜੀ ਪਿੰਡ 'ਚ? ਵੱਡੇ ਕਿਸਾਨ ਕਿੰਨੇ ਕਾ, ਕਿਉਂਕਿ ਲਾ ਲਓ ਇੱਕ ਦੋ ਕਿਸਾਨ, ਅਸੀਂ ਕੀ ਕਰੂੰਗੇ? ਛੋਟੇ ਹੀ ਕਿਸਾਨ ਆ, 35-45 ਪਾਵਰ ਆ, ਐਡੀ ਬੜੀ ਮਸ਼ੀਨਰੀ ਆ, ਕਿੱਥੇ ਲੈ ਪਾਉਂਗੇ? ਸਬਸਿਡੀ ਵੀ ਦੇ ਰਹੀ ਹੈ ਸਰਕਾਰ ਗਰੁੱਪ ਨਾਲ, ਸਬਸਿਡੀ ਤਾਂ ਵਿਚਾਲੇ ਹੀ ਰਹਿ ਜਾਂਦੀ ਹੈ ਜਿੰਨੇ ਅਸੀਂ ਕਿਸੇ ਨਹੀਂ ਅਨਪ੍ਰਮਾਣਿਤ ਮਤਲਬ ਉਹਨਾਂ ਤੇ ਲੰਨੇ ਆ ਇਹ ਸਮਾਨ, ਉਹ ਸਾਨੂੰ ਘੱਟ ਰੇਟ ਪਰ ਮਿਲਦਾ। ਇਹ ਜਿਹੜੀ ਸਬਸਿਡੀ ਹੈ ਤਾਂ ਸਰਕਾਰਾਂ ਹੀ ਖਾ ਗਈਆਂ, ਇਹ ਚੱਕ ਹੋ ਗਈ ਖਤਮ। ਉਹਨਾਂ ਮਹਿੰਗਾ ਸਮਾਨ ਦਿੰਦੇ ਆ ਸਾਨੂੰ 50 ਪੈਸੇ ਮੇਲੇ ਦਾ ਕੋਈ ਫਾਇਦਾ ਹੁੰਦਾ ਕਿਸਾਨ ਕਾਹਦਾ? ਮੇਲੇ ਦਾ ਕਿਸਾਨ ਦੇ ਨਾਲ ਫਾਇਦਾ, ਮੇਲੇ ਦਾ ਚਲੋ ਸਾਨੂੰ ਸੇਧ ਦੱਸਦੇ ਆ, ਅਸੀਂ ਕੁਛ ਜਿੰਨਾ ਹੋ ਸਕਦਾ ਉਹਨਾਂ ਅਪਣਾਉਂਦੇ ਆ। ਇਹਨਾਂ ਦਾ ਵਿਗਿਆਨੀਆਂ ਦੀ ਜਿੰਨੀ ਵੀ ਸੇਧ ਆ ਇਹ ਦੱਸਦੇ ਆ, ਉਨੀ ਲੈ ਕੇ ਜਿੰਨਾ ਵੀ ਹੱਦ ਤੱਕ ਹੁੰਦਾ ਅਸੀਂ ਕਰਦੇ ਆ, ਕੋਸ਼ਿਸ਼ ਵੀ ਕਰਦੇ ਆ ਕਰਨ ਦੀ। ਨਹੀਂ ਨਹੀਂ ਵਰਾਇਟੀ ਦਾ ਪਤਾ ਲੱਗਦਾ ਹੈ। ਝਾੜ ਦੇਖੋ ਬਹੁਤ ਤੱਕ ਪਹਿਲਾਂ 10-15 ਕੁਇੰਟਲ ਗੇਹੂੰ 12 ਨਿਕਲਦੀ ਸੀ, ਕਿੱਥੇ ਹੁਣ 25-30 ਕੁਇੰਟਲ ਨਿਕਲਣ ਲੱਗ ਗਈ। ਫਾਇਦਾ ਹੋਇਆ, ਜਾਣੀ ਫਾਇਦਾ ਤਾਂ ਹੋਇਆ ਹੋਇਆ, ਜਾਣਕਾਰੀ ਮਿਲਦੀ ਆ, ਕੁਛ ਸਾਨੂੰ ਸੇਧ ਮਿਲਦੀ ਆ, ਅਪਣਾਉਣ ਲੱਗ ਗਏ ਕਿਸਾਨ। ਕਿਆ ਨਾਮ ਹੈ? ਬਲਜੀਤ ਸਿੰਘ ਅਰਨੌਲੀ ਮਰਿੰਡਾ। ਠੀਕ ਹੈ ਜੀ, ਹਮਾਰਾ ਨਾਮ ਰਜਿੰਦਰ ਸਿੰਘ। ਕਹਾਂ ਸੇ ਆਏ ਆਪ? ਹਮ ਆਏ ਪੰਜਾਬ ਸੇ, ਪੰਜਾਬ ਮਰਿੰਡਾ ਏਰੀਆ। ਜੀ, ਕਿਆ ਕਹਿਣਾ ਚਾਹੇਂਗੇ ਇਸ ਮੇਲੇ ਮੇ ਆਪ ਆ ਜਾਏ, ਕਿਆ ਕੁਛ ਦੇਖਾ ਮਿਲਿਆ? ਮੇਲੇ ਮੇ ਠੀਕ ਆ, ਅੱਛੇ ਆ, ਸਾਰਾ ਸੁਵਿਧਾ ਬੀਜ ਮਿਲਿਆ, ਕਰਮੰਦਨਾ ਵਧੀਆ ਝਾੜ ਹੈਗਾ। ਕਿਆ ਫਾਇਦਾ ਹੋਣੇ ਵਾਲਾ ਹੈ ਜੀ? ਦੇਖੋ ਇਹਦਾ ਜੀਲਡ ਹਮਕੋ ਅੱਛੀ ਮਿਲੇਗੀ, ਝਾੜ ਵਧੀਆ ਮਿਲੇਗਾ, ਲਗਾ ਕਰ ਦੇਖੇਗੇ ਬੀਜ, ਉਸਕੇ ਬਾਅਦ ਬਤਾਏਂਗੇ ਕੈਸਾ ਬੀਜ ਹੈ, ਠੀਕ ਰਹਾ ਨਹੀਂ ਠੀਕ ਰਹਾ, ਆਪਣਾ ਤਜਰਬਾ ਕਰਾਂਗੇ ਇਹਨਾਂ ਦੇ ਤਜਰਬੇ ਨਾਲ। 28-30 ਕੁਇੰਟਲ ਦਾ ਝਾੜ ਦੱਸ ਰਹੇ ਨੇ। ਨਾਮ ਹੈ BL42, ਇਹ ਵਸੀਮ ਲੁਧਿਆਣਾ 42 ਹੈ, ਇਹ ਪੰਜਾਬ ਕ੍ਰਿਸ਼ੀ ਵਿਸ਼ਵਵਿਦਿਆਲਿਆ ਲੁਧਿਆਣਾ ਕੀ ਹੈ। ਇਸਕਾ ਬੀਜ यहाँ से सामने सड़क में क्रॉस करोगे तो राष्ट्रीय डेयरी अनुसंधान संस्थान का एटिक का दफ्तर है, वहां पर 2-3 दिन पहले तो मिल रहा था, अब खत्म हो गया कि नहीं। आप प्योर बीज लेना चाहो तो BL42 का बीज बसलिंग का यहाँ से लेते जाओ, 8 किलो बीज 1 एकड़ में डालना है। JBD बैंकवेट्स लाए हैं इनक्रेडिबल मैरिज पैलेस राजघराना एंड द फाइनेस्ट बैंकवेट हॉल ज्योति गार्डन, world-class catering, centrally air-conditioned, lush green lawns, state-of-the-art lighting. A perfect venue for wedding, launching and parties. Rajgharana and Jyoti Garden at JBD Banquets Enterprise. ऐसे ही latest खबरें पाने के लिए bell icon को click कर हमारे channel को like, share and subscribe करें। धन्यवाद।